ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਅਖੌਤੀ ਖਾਲਿਸਤਾਨੀ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ, ਭਾਵੇਂ ਕੈਨੇਡਾ ਹੋਣ, ਅਮੈਰੀਕਾ ਹੋਣ, ਜਰਮਨ ਹੋਣ, ਆਸਟ੍ਰੇਲੀਆ ਹੋਣ, ਇੰਗਲੈਂਡ ਹੋਣ, ਇਹਨਾਂ ਸਾਰਿਆਂ ਨੂੰ ਅੱਜ ਮੈਂ ਇੱਕ ਬੇਨਤੀ ਕਰਨੀ ਹੈ। ਵੈਸੇ ਮੈਂ ਬੇਨਤੀ ਇਹਨਾਂ ਨੂੰ ਬਹੁਤ ਘੱਟ ਕਰਦਾ, ਹੁਣ ਬੇਨਤੀ ਮੈਂ ਤਾਂ ਕਰ ਰਿਹਾ ਕਿਉਂਕਿ ਇਲੈਕਸ਼ਨ ਆ ਰਹੀ ਹੈ 2024 ਦੀ, ਲੋਕ ਸਭਾ ਦੀ, ਤੁਹਾਨੂੰ ਪਤਾ ਹੀ ਹੈ। ਉਹਦੇ ਬਾਰੇ ਇਹ ਪੁੱਠੀਆਂ ਸਿੱਧੀਆਂ ਸਟੇਟਮੈਂਟਾਂ ਦੇ ਰਹੇ ਨੇ। ਜਿਹੜਾ ਪੰਨੂ ਕਤੀੜ ਹੈਗਾ ਉਹ ਕਿਤੇ ਕਹਿੰਦਾ ਅਸੀਂ ਬਲਾਸਟ ਕਰ ਦਿਆਂਗੇ, ਕਿਤੇ ਕਹਿੰਦਾ ਫਲਾਣੇ ਥਾਂ 'ਤੇ ਝੰਡਾ ਚੜ੍ਹਾ ਦਿਓ, ਕਿਤੇ ਕੁਛ ਕਿਤੇ ਕੁਛ ਕੁਛ। ਇੱਥੇ ਜਿਹੜੀ ਇੰਡੀਆ ਦੀ ਇੰਟੈਲੀਜੈਂਸੀ ਹੈਗੀ ਆ ਉਹ ਇਹਨਾਂ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਵੀ ਰਹੀ ਹੈ, ਜਿਹੜੇ ਬੰਦੇ ਪੰਜਾਬ ਦਾ ਜਾਂ ਇੰਡੀਆ ਦਾ ਮਾਹੌਲ ਖਰਾਬ ਕਰਦੇ ਨੇ। ਚਲੋ ਇੱਦਾਂ ਇਹਨਾਂ ਕਤੀੜਾਂ ਦੀ ਗੱਲ ਹੈ, ਜਿਹੜੇ ਉੱਥੋਂ ਦੇ ਬਛਿੰਦੇ ਲੋਕ ਨੇ, ਤੁਸੀਂ ਜਿਹੜਾ ਮੁਲਕ ਦਾ ਖਾਣੇ ਹੋ ਉਹ ਮੁਲਕ ਦੇ ਗੁਣ ਗਾਓ, ਉਹਦੇ ਅਸ਼ਾਸਨ ਵਿੱਚ, ਉਹਦੇ ਕਾਇਦਾ ਕਾਨੂੰਨ ਵਿੱਚ ਰਹੋ, ਇਹ ਵੀ ਜ਼ਰੂਰੀ ਹੁੰਦਾ ਹੈ। ਆਪਣੇ ਮੁਲਕ ਨੂੰ ਨਾ ਭੁੱਲੋ, ਇਹ ਵੀ ਜ਼ਰੂਰੀ ਹੈ। ਪੰਜਾਬ ਤੋਂ ਗਏ ਹੋ, ਇੰਡੀਆ ਤੋਂ ਗਏ ਹੋ, ਇੰਡੀਆ ਨਾਲ ਤੁਹਾਡਾ ਪਿਆਰ ਹੋਣਾ ਚਾਹੀਦਾ, ਇਹ ਜ਼ਰੂਰੀ ਹੈ। ਪਰ ਜਦੋਂ ਤੁਸੀਂ ਇਲੈਕਸ਼ਨ ਆਉਂਦੀ ਹੈ, ਵੋਟਾਂ ਆਉਂਦੀਆਂ ਨੇ, ਉਦੋਂ ਤੁਸੀਂ ਇਹੋ ਜਿਹੀਆਂ ਸਿੰਗੜੀਆਂ ਛੇੜਦੇ ਹੋ, ਕਿਤੇ ਤੁਸੀਂ ਕਿਸੇ ਨੂੰ ਕੁਛ ਕਹਿੰਦੇ ਹੋ, ਨੌਜਵਾਨ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਅੱਤਵਾਦ ਦੇ ਰਸਤੇ 'ਤੇ, ਗੈਂਗਸਟਰ ਦੇ ਬਾਦ ਦੇ ਰਸਤੇ ਤੋਰਦੇ ਹੋ। ਮੈਂ ਇੱਕ ਬੇਨਤੀ ਵੀ ਪਹਿਲਾਂ ਕਰਦੀ, ਇੱਕ ਚੈਲੇਂਜ ਕਰਦਾ, ਜੇ ਤੁਸੀਂ ਖਾਲਿਸਤਾਨ ਬਣਾਉਣਾ ਹੀ ਹੈ, ਤੁਸੀਂ ਆਪਣਾ ਬੋਰੀ ਬਿਸਤਰਾ ਬੰਨੋ ਕੈਨੇਡਾ ਤੋਂ, ਜਿਹੜੇ ਵੀ ਮੁਲਕ ਵਿੱਚ ਤੁਸੀਂ ਰਹਿੰਦੇ ਹੋ, ਭਾਵੇਂ ਅਮੈਰੀਕਾ ਰਹਿੰਦੇ ਹੋ, ਭਾਵੇਂ ਆਸਟ੍ਰੇਲੀਆ ਰਹਿੰਦੇ ਹੋ, ਭਾਵੇਂ ਇੰਗਲੈਂਡ ਰਹਿੰਦੇ ਹੋ, ਆਪਣੇ ਬੱਚਿਆਂ ਨੂੰ ਲੈ ਕੇ ਆਓ, ਇੰਡੀਆ ਆਓ, ਪੰਜਾਬ ਦੇ ਵਿੱਚ ਆਓ, ਪੰਜਾਬ ਦੇ ਵਿੱਚ ਆ ਕੇ ਖਾਲਿਸਤਾਨ ਦੀ ਗੱਲ ਕਰੋ, ਤੁਹਾਨੂੰ ਪਤਾ ਲੱਗੇ ਪੰਜਾਬ ਦੇ ਹਾਲਾਤ ਕੀ ਨੇ, ਪੰਜਾਬ ਦੇ ਵਿੱਚ ਬੇਰੁਜ਼ਗਾਰੀ ਕਿੰਨੀ ਹੈ, ਪੰਜਾਬ ਦਾ ਯੂਥ ਨਸ਼ੇੜੀ ਬਣ ਚੁੱਕਾ ਹੈ, ਪੰਜਾਬ ਦੇ ਯੂਥ ਨੂੰ ਵੱਡੇ ਵੱਡੇ ਜਿਹੜੇ ਲੀਡਰ ਨੇ, ਜਿਹੜੇ ਕੌਮ ਦੇ ਨਾਂ 'ਤੇ, ਰਾਜਨੀਤੀ ਦੇ ਨਾਂ 'ਤੇ ਵਰਤ ਰਹੇ ਨੇ, ਉਹਨਾਂ ਨੂੰ ਕਿੱਦਾਂ ਨਸ਼ਿਆਂ ਦੇ ਨਾਲ ਮਰਵਾਇਆ ਜਾ ਰਿਹਾ, ਤੁਹਾਨੂੰ ਪੰਜਾਬ ਵਿੱਚ ਆ ਕੇ ਪਤਾ ਲੱਗੂ। ਨਾਲੇ ਤੁਸੀਂ ਇੱਥੇ ਆ ਕੇ ਖਾਲਿਸਤਾਨ ਦੀ ਗੱਲ ਕਰੋ। ਮੈਂ ਬਹੁਤ ਵਾਰ ਆਪਣੀ ਜ਼ਬਾਨ 'ਤੇ ਕੰਟਰੋਲ ਕੀਤਾ ਵੀ ਇਹ ਸ਼ਬਦ ਨਾ ਵਰਤੀਏ, ਪਰ ਇਹਨਾਂ ਲੋਕਾਂ ਲਈ ਇਹ ਸ਼ਬਦ ਵਰਤਣੇ ਪੈਂਦੇ ਨੇ। ਇੱਕ ਸਿਰੇ ਦੀਆਂ ਖੱਚਾਂ ਕਤੀੜਾਂ ਭੇਡਾਂ ਨੇ, ਹੁਣ ਇਲੈਕਸ਼ਨ ਨੇੜੇ ਹੈ, ਇਹਨਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਕੋਈ ਹਫੜਾ ਦਫੜੀ, ਕਿਉਂਕਿ ਗੈਦਰਿੰਗ ਹੁੰਦੀ ਹੈ ਹਰ ਥਾਂ 'ਤੇ, ਵੀ ਕੋਈ ਨਾ ਕੋਈ ਅਸੀਂ ਲਾਂਬੂ ਲਾਈਏ, ਭਾਂਬੜ ਮਚਾਈਏ, ਪੰਜਾਬ ਦਾ ਮਾਹੌਲ ਖਰਾਬ ਕਰੀਏ, ਅਤੇ ਫਿਰ ਕੁਛ ਨਾ ਕੁਛ ਸਾਨੂੰ ਜਿਹੜੀ ਫੰਡਿੰਗ ਹੈ ਉਹ ਆਵੇ। ਮੈਂ ਅੱਜ ਇਹ ਵੀਡੀਓ ਤਾਂ ਪਾਏ, ਕਾਫੀ ਲੋਕਾਂ ਦੇ ਜਿਹੜੇ ਮੈਸੇਜ ਨੇ ਵਟਸਐਪ 'ਤੇ ਆਉਂਦੇ ਰਹਿੰਦੇ ਆ, ਔਰ ਕਈ ਲੋਕ ਕਮੈਂਟ ਕਰਦੇ ਆ, ਕਈ ਲੋਕ ਫੋਨ ਕਰਦੇ ਆ। ਖਾਲਿਸਤਾਨ ਦੀ ਗੱਲ ਪੰਜਾਬ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਲੋਕਾਂ ਦਾ ਧੰਦਾ ਚੱਲਦਾ, ਜਿਹੜੇ ਲੋਕਾਂ ਦੇ ਘਰ ਖਾਲਿਸਤਾਨ ਦੀ ਮੂਵਮੈਂਟ ਦੇ ਨਾਂ 'ਤੇ ਚੱਲਦੇ ਆ, ਜਿਨ੍ਹਾਂ ਲੋਕਾਂ ਦਾ ਕੋਈ ਕਾਰੋਬਾਰ ਨਹੀਂ, ਜਿਹੜੇ ਲੋਕ ਖਾਲਿਸਤਾਨ ਦੀ ਮੂਵਮੈਂਟ ਦੀ ਗੱਲ ਕਰਕੇ ਕੇਵਲ ਪੈਸਾ ਇਕੱਠਾ ਕਰਦੇ ਨੇ, ਉਹ ਲੋਕ ਖਾਲਿਸਤਾਨ ਦੀ ਗੱਲ ਕਰਦੇ ਆ। ਮੈਂ ਗੱਲ ਤਾਂ ਕੀਤੀ ਹੈ, ਇਲੈਕਸ਼ਨ ਆ ਰਹੀ ਹੈ ਬਸ ਇੱਕ ਦੋ ਮਹੀਨੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਰਿਜ਼ਲਟ ਦਾ ਪਤਾ ਲੱਗ ਜਾਣਾ। ਆ ਜਾਓ ਫਿਰ, ਜਿੰਨੇ ਵੀ ਖਾਲਿਸਤਾਨੀ ਤੁਸੀਂ ਬਾਹਰਲੇ ਮੁਲਕਾਂ ਵਿੱਚ ਬੈਠੇ ਹੋ,
ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ ਇੱਥੇ। ਜਾਂ ਫਿਰ ਤੁਹਾਨੂੰ ਇੱਦਾਂ ਲੱਗਦਾ ਰਹਿੰਦਾ ਵੀ ਅਸੀਂ ਆਪਣੇ ਬੱਚੇ ਬਚਾਉਣੇ ਆ, ਲੋਕਾਂ ਦੇ ਬੱਚੇ ਲੋਕਾਂ ਦੇ ਪੁੱਤ ਮਰਵਾਉਣੇ, ਤੁਹਾਨੂੰ ਇਹ ਹੁੰਦਾ। ਆ ਪਹਿਲਾਂ ਅੰਮ੍ਰਿਤਪਾਲ ਕਤੀੜ ਇੱਥੇ ਬਥੇਰੀ ਅੱਤ ਚੱਕੀ ਫਿਰਦਾ ਸੀ, ਕਿਤੇ ਕੁਛ ਕਹਿੰਦਾ ਸੀ, ਅਤੇ ਹੁਣ ਬਿਰਕਦਾ ਫਿਰਦਾ। ਹੁਣ ਕਿਤੇ ਕਹਿੰਦਾ ਮੈਨੂੰ ਪੰਜਾਬ ਲਿਆਓ ਜੀ, ਕਿਤੇ ਭੁੱਖ ਹੜਤਾਲ ਕਰਦਾ। ਅਤੇ ਉਹੀ ਕਰਤੂਤਾਂ ਤੁਹਾਡੀਆਂ ਨੇ, ਉਹੀ ਲੱਛਣ ਤੁਹਾਡੇ ਆ। ਜੇ ਦਮ ਰੱਖਦੇ ਹੋ ਨਾ, ਤਾਂ ਫਿਰ ਆਪਣੇ ਬੱਚਿਆਂ ਨੂੰ ਟਿਕਟਾਂ ਲਓ, ਆਪਣੇ ਪਰਿਵਾਰਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆ ਜਾਓ। ਇੱਥੇ ਆ ਕੇ ਖਾਲਿਸਤਾਨ ਦੇ ਨਾਂ 'ਤੇ ਨਾਂ 'ਤੇ ਇਲੈਕਸ਼ਨ ਲੜ ਲਓ, ਰੰਡਾ ਏਜੰਡਾ ਰੱਖ ਲਓ ਖਾਲਿਸਤਾਨ ਦਾ। ਪਤਾ ਤਾਂ ਲੱਗੇ ਲੋਕਾਂ ਨੂੰ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ, ਕਿਉਂ ਯਾਰ ਕੌਮ ਦਾ ਬੇੜਾ ਗਰਕ ਕਰਨ ਲੱਗੇ ਹੋਏ ਹੋ। ਬੜੇ ਲੋਕ ਇੱਥੋਂ ਕਹਿਣਗੇ ਜੀ ਕੈਨੇਡਾ ਵਿੱਚ ਸਿੱਖੀ ਬਹੁਤ ਹੈ, ਇੰਗਲੈਂਡ ਵਿੱਚ ਸਿੱਖੀ ਬਹੁਤ ਹੈ। ਕਿਹੜੀ ਸਿੱਖੀ ਹੈ ਬਈ? ਲੋਕਾਂ ਨੂੰ ਮਰਵਾਉਣ ਵਾਸਤੇ, ਲੋਕਾਂ ਨੂੰ ਲੁੱਟ ਖਸੁੱਟ ਕਰਨ ਵਾਸਤੇ? ਗੈਂਗਸਟਰਵਾਦ ਦਾ ਅੱਡਾ ਕੈਨੇਡਾ, ਇੰਗਲੈਂਡ, ਅਮੈਰੀਕਾ ਬਣਿਆ ਬੈਠਾ, ਆਸਟ੍ਰੇਲੀਆ ਬਣਿਆ ਬੈਠਾ। ਜਿਹੜੇ ਇੱਥੋਂ ਭਗੌੜੇ ਹੋ ਕੇ ਗਏ ਨੇ ਸਾਰੇ ਬਾਹਰਲੇ ਮੁਲਕਾਂ ਵਿੱਚ ਬੈਠੇ ਆ, ਧਮਕੀਆਂ ਦੇ ਦੇ ਕੇ ਇੱਕ ਇੱਕ ਮਹੀਨੇ ਦਾ 10-10 ਕਰੋੜ ਰੁਪਇਆ ਇੱਥੇ ਕਮਾ ਰਹੇ ਨੇ, ਉਹ ਲੋਕ ਧੰਦਾ ਚਲਾ ਰਹੇ ਨੇ। ਕੀ ਇਹ ਸਿੱਖੀ ਹੈ? ਇਹਨਾਂ ਭੇਡਾਂ ਨੂੰ, ਖੱਚਾਂ ਨੂੰ, ਕਤੀੜਾਂ ਨੂੰ, ਜਿਹੜੀਆਂ ਖਾਲਿਸਤਾਨੀ ਬਾਹਰ ਬੈਠੀਆਂ ਨੇ, ਮੈਂ ਸਭ ਨੂੰ ਕਹਿਣਾ ਵੀ ਆ ਜਾਓ ਭਰਾਵੋ ਪੰਜਾਬ ਦੇ ਵਿੱਚ, ਇੱਥੇ ਆ ਕੇ ਲੜੋ। ਮੈਂ ਤੁਹਾਡੇ ਵਿਰੋਧ ਵਿੱਚ ਆਉਣਾ? ਇੱਥੇ ਆਓ, ਤੁਹਾਡੇ ਹੱਕ ਵਿੱਚ ਖੜਾਂਗੇ, ਆਓ ਤਾਂ ਸਹੀ। ਪਤਾ ਤਾਂ ਲੱਗੇ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ। ਜਿਹੜੇ ਉੱਥੋਂ ਦੇ ਬਛਿੰਦੇ ਲੋਕ ਨੇ ਨਾ ਪੰਜਾਬੀ ਕਮਿਊਨਿਟੀ ਦੇ, ਭਾਵੇਂ ਹਿੰਦੂ ਵੀਰ ਨੇ, ਭਾਵੇਂ ਮੁਸਲਿਮ ਨੇ, ਭਾਵੇਂ ਈਸਾਈ ਨੇ, ਭਾਵੇਂ ਸਿੱਖ ਨੇ, ਉਹਨਾਂ ਨੂੰ ਬੇਨਤੀ ਹੈ, ਇਹਨਾਂ ਖਰਚਾਂ ਪਿੱਛੇ ਲੱਗ ਕੇ ਨਾ ਆਪਣਾ ਕਾਰੋਬਾਰ, ਆਪਣੇ ਪਰਿਵਾਰਾਂ ਨੂੰ ਬਰਬਾਦ ਨਾ ਕਰਾਓ। ਇਹਨਾਂ ਦਾ ਜਾਣਾ ਕੁਛ ਨਹੀਂ, ਇਹ ਅੱਗ ਲਾ ਕੇ ਪਾਸੇ ਹੋ ਜਾਂਦੇ ਨੇ, ਮਰਨ ਵਾਲੇ ਹੋਰ ਨੇ, ਮਰਵਾਉਣ ਵਾਲੇ ਹੋਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।